ਅੱਜ ਅਸੀਂ ਮੌਤ ਵਾਤਰੇ ਨੂੰ 5000 ਉਹਦੇ ਪਾਪਾ ਦੇਣ ਆਏ ਹਾਂ। 3 ਦਿਨਾਂ ਤੋਂ ਇੱਕ ਪੇਸ਼ੈਂਟ ਨੂੰ ਜਲੀਲ ਕਰਕੇ ਰੋਜ਼ ਭੇਜਦਾ ਸੀਗਾ, ਅੱਜ ਉਹ ਪੇਸ਼ੈਂਟ ਦੇ ਸਿੰਗਲ ਮਦਰ ਹੈਗੇ ਨੇ ਅਤੇ ਉਹ ਪੇਸ਼ੈਂਟ ਦੇ ਨਾ ਸਿੰਗਲ ਮਦਰ ਹੋਣ ਕਰਕੇ ਉਹਨਾਂ ਕੋਲ ਸਿਰਫ ਇੱਕ 2 ਮੱਝਾਂ ਨੇ ਉਹਦੇ ਨਾਲ ਗੁਜ਼ਾਰਾ ਕਰਦੇ ਸੀ। ਬੱਚੇ ਨੂੰ 11 ਮਹੀਨੇ ਤੋਂ ਲੈ ਕੇ 11 ਮਹੀਨੇ ਤੋਂ ਹੀ ਉਹਨੂੰ 500 ਸ਼ੂਗਰ ਹੁੰਦੀ ਸੀਗੀ ਅਤੇ ਦੈਟਸ ਵਾਏ ਅਸੀਂ ਅੱਜ ਉਹਦੇ ਪੈਸੇ ਦੇਣ ਆਏ। ਪੇਸ਼ੈਂਟ ਸਾਡੇ ਕੋਲ ਬੜਾ ਰੋਂਦੇ ਹੋਏ ਕੰਡੀਸ਼ਨ 'ਚ ਆਇਆ, ਜਦੋਂ ਉਹਨੂੰ ਛੁੱਟੀ ਕਰਾ ਦਿੱਤੀ ਪੇਸ਼ੈਂਟ ਨੇ ਸਾਡੇ ਅੱਗੇ ਸਪੈਸ਼ਲ ਹੱਥ ਬੰਨ੍ਹ ਗਿਆ ਸੀ, ਆਪਣਾ ਘਰ ਵੀ ਵੇਚਣ ਨੂੰ ਤਿਆਰ ਹੈ, ਲੇਕਿਨ ਅਸੀਂ ਉਹਨਾਂ ਦੀ ਆਪਣੀ 5000 ਰੁਪਇਆ ਅਨਮੋਲ ਕਬਾਦਰਾ ਨੂੰ ਵਾਪਸ ਕਰਨ ਆਏ ਹਾਂ। ਜਿਹੜਾ ਕਿ 100 ਰੁਪਏ ਵੱਧ ਦੇ ਕੇ ਚੱਲੇ ਹਾਂ ਕਿ ਉਹ ਪਾਣੀ ਦੀ ਬੋਤਲ ਲੈ ਜਿਹੜਾ ਇੰਨੀ ਸਪੀਚ ਦਿੰਦਾ ਵਾ, ਸਾਨੂੰ ਉਹਦੀ ਹੈਲਪ ਤੋਂ ਕੋਈ ਦਿੱਕਤ ਨਹੀਂ ਹੈ। ਸਾਨੂੰ ਸਿਰਫ ਇਹ ਦਿੱਕਤ ਹੈ ਕਿ ਜੇ ਤੁਸੀਂ 5000 ਇਸ ਲਈ ਦੇਣ ਆਏ ਕਿ ਪੇਸ਼ੈਂਟ ਨੂੰ ਜਿਹੜਾ ਹੈਗਾ ਨਾ, ਜਦੋਂ ਪੇਸ਼ੈਂਟ ਦੀ ਹੈਲਪ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਲਾਈਵ ਹੋ ਕੇ ਸਭ ਨੂੰ ਲਾਈਵ ਹੋ ਕੇ ਦੱਸਦਾ ਕਿ ਮੈਂ ਇਹ ਕੀਤਾ, ਲੇਕਿਨ ਉਹ ਕਦੇ ਇਹ ਨਹੀਂ ਦੱਸਦਾ ਕਿ ਮੈਂ ਪੇਸ਼ੈਂਟ ਨੇ ਇੱਦਾਂ ਟ੍ਰੀਟ ਕੀਤਾ। ਉਹਨਾਂ ਕੋਲ ਕੋਈ ਹੈਲਪ ਕਰਨ ਵਾਸਤੇ ਅੱਜ ਸਵੇਰੇ ਪੰਜਾਬ ਪੁਲਿਸ ਦਾ ਗੋਲਡੀ ਬੀਪੀ ਉਹ ਸਾਡੇ ਕੋਲ ਆਏ CMC ਦੇ ਵਿੱਚ, ਉਹਨਾਂ ਨੇ ਸਾਨੂੰ ਉਹਨਾਂ ਨੇ ਸਾਡੇ ਸਾਹਮਣੇ ਖੜ ਕੇ ਅਨਮੋਲ ਕੁਆਤਰ ਨੂੰ 50 ਫੋਨ ਕੀਤੇ, ਉਹਨੇ ਇੱਕ ਫੋਨ ਨਹੀਂ ਚੱਕਿਆ ਗੋਲਡੀ ਬੀਪੀ ਦਾ। ਉਹ ਆਪਣੀ NGO ਦੇ ਮੇਨ ਮੈਂਬਰਾਂ ਦਾ ਵੀ ਨਹੀਂ ਫੋਨ ਚੱਕਦਾ ਕਿਸੇ ਦਾ, ਉਹ ਕਹਿੰਦਾ ਜੀ ਮੈਂ ਕਿਸੇ ਦਾ ਕੋਈ ਹੈਲਪ ਨਹੀਂ ਕਰ ਸਕਦਾ। ਠੀਕ ਹੈ, ਜੇ ਨਹੀਂ ਕਰ ਸਕਦਾ ਉਹਨੂੰ ਤਾਂ ਫਿਰ ਦਿਖਾਵਾ ਹੀ ਨਾ ਕਰ ਇੰਨਾ, ਠੀਕ ਹੈ ਨਾ, ਜੇ ਦਿਖਾਵਾ ਕਰਨ ਸਾਨੂੰ ਐਗਜੈਕਟ ਦੱਸ ਜੇ ਇੰਨੀ ਗੱਲ ਕਹਿੰਦਾ ਨਾ ਆਹ ਬਿੱਲ ਦੇਖੋ ਜੀ ਇਹ ਅੱਜ ਦੇ ਨੇ 2,80,000 ਬਿੱਲ ਬਣੇ ਸੀ, 2,80,000 ਬਿੱਲ ਬਣੇ, 1,30,000 ਰੁਪਏ ਅਨਮੋਲ ਕੋਲ ਆਏ ਸੀ। ਉਹ ਕਹਿੰਦੇ ਜੀ 1,10,000 ਦੀ ਤੁਸੀਂ ਹੈਲਪ ਕਰਾ ਦੋ, 20,000 ਦੀ ਮੈਂ ਕਰ ਦਾਂਗਾ। ਉਹਨੂੰ ਪੁੱਛਣ ਵਾਲਾ ਹੋਵੇ ਜੀ 1,10,000 ਰੁਪਏ ਉਹਨਾਂ ਕੋਲ ਹੈ ਨੀ ਕਰਨ ਨੂੰ, ਜ਼ਿਕਰ ਪਿਆ ਕਰਨ ਨੂੰ 1,10,000 ਦੀ ਕਿੱਥੋਂ ਕਰਨੀ, ਫਿਰ ਵੀ ਉਹ ਚਲੇ ਗਏ। 30,000 ਵੀ ਅਸੀਂ ਕਰਾ ਕੇ ਦਿੱਤਾ ਤੇ ਅਸੀਂ ਵੀ ਰੋਜ਼ ਹੈਲਪ ਕਰਦੇ ਹਾਂ, 50,000 ਵੱਲੋਂ ਹੈਗੇ ਅਸੀਂ, ਬਲੱਡ ਦੀ ਵੀ ਕਰਦੇ ਤਾਂ ਉਹ ਵੀ ਕਰਦੇ, ਅਸੀਂ ਪੈਸੇ ਵੀ ਪਹਿਲਾਂ ਕਰਦੇ ਨਹੀਂ, ਇਹਦੇ ਵਾਂਗੂ ਸ਼ੋਅ ਨਹੀਂ ਕਰਦੇ। 5,000 ਦੇ ਕੇ ਰੋਜ਼ 10 ਬੰਦੇ ਅੱਜ ਅਸੀਂ ਇਹਦੇ ਡੋਨਰਾਂ ਨੂੰ ਸਾਨੂੰ ਮਜਬੂਰ ਅੱਜ ਅਸੀਂ ਇਹਦੇ ਡੋਨਰਾਂ ਨੂੰ ਤੇ ਇਹਨੂੰ 5,000 ਵੀ ਵਾਪਸ ਦੇ ਕੇ ਜਾਵਾਂਗੇ, ਨਾਲੇ 100 ਰੁਪਏ ਨੂੰ ਬੋਤਲਾਂ ਦੇ ਕੇ ਜਾਵਾਂਗੇ ਕਿ ਤੂੰ ਪਾਣੀ ਪੀ ਲਿਆ ਕਰ, ਤੈਨੂੰ ਬੋਲਣ ਦਾ ਬੜਾ ਸ਼ੌਂਕ। ਨਾਲੇ ਬਈ ਯਾਰ ਜੇ ਹੈਲਪ ਕਰਨੀ ਆ 10-10 ਬੰਦੇ ਰੋਜ਼ ਬੁਲਾ ਕੇ 5,000 ਦੀ ਕਰਦਾ, ਇੱਕੋ ਵਾਰੀ ਤੂੰ ਹਰ ਪੇਸ਼ੈਂਟ ਦੀ ਪੂਰੀ ਹੈਲਪ ਕਰਦੇ, ਪੂਰੀ ਇੱਕ ਬੰਦੇ ਦੀ ਹੈਲਪ ਨਹੀਂ ਹੁੰਦੀ ਦੇ ਦੇ ਬਈ ਰੁਪਈਏ ਵਾਪਸ ਕਰ। ਰਣਜੀਤ ਪੇਸ਼ੈਂਟ ਨੇ 5,100 ਰੁਪਏ ਵਾਪਸ ਭੇਜੇ ਨੇ, 100 ਰੁਪਏ ਉਹਨੇ ਕਹਿੰਦਾ ਕਿ ਉਹਨੂੰ ਦੇਖੇ ਕਿ ਪਾਣੀ ਜਿਹੜਾ ਬੋਲ ਹੋਏ ਨੇ ਅਤੇ 5,000 ਰੁਪਏ ਉਹਨੇ ਇਸ ਲਈ ਭੇਜੇ ਨੇ। ਉਹ ਕਹਿੰਦਾ ਕਿ ਅਸੀਂ 3 ਦਿਨ ਅਸੀਂ ਲਗਾਤਾਰ ਗਏ ਹਾਂ ਉਹਦੇ ਕੋਲ ਮੋਲ ਕੋਲ ਅਤੇ ਅਸੀਂ 3 ਦਿਨ ਉਹਨੇ ਸਾਨੂੰ ਸਿਰਫ ਜਲੀਲ ਹੀ ਕੀਤਾ ਵਾ। ਅੱਛਾ, ਕਿਹੜਾ ਪੇਸ਼ੈਂਟ ਬਾਈ ਫੇਸਬੁੱਕ ਦਾ ਲੱਗੂ ਵੀਡੀਓ ਦਿਖਾ ਦਿਓ। ਪੇਸ਼ੈਂਟ ਪੇਸ਼ੈਂਟ ਇੱਦਾਂ ਹੈ, ਪੇਸ਼ੈਂਟ ਨੇ ਉਹ ਰਹਿੰਦੇ ਦੂਰ, ਅੱਜ ਉਹਨਾਂ ਦੀ ਅਸੀਂ ਛੁੱਟੀ ਕਰਾ ਕੇ ਭੇਜਿਆ, ਤਾਂ ਫੋਟੋ ਉਹਨਾਂ ਨੂੰ ਪਹੁੰਚੇ ਹੈਗੀ ਆ ਵੀਡੀਓ, ਉਹ ਤੁਹਾਡੇ ਫੋਨ 'ਚ ਹੀ ਪਹੁੰਚੀ ਹੈ ਤੁਹਾਡੇ ਫੋਨ 'ਚ, ਤੁਸੀਂ ਦੇਖੋ ਆ ਗਿਲ ਰਿਹਾ ਬਾਈ ਉਹਦਾ। ਪੇਸ਼ੈਂਟ ਦੀ ਫੋਟੋ ਦਿਖਾ ਦੋ, ਦੇਖੋ ਜੀ ਪੇਸ਼ੈਂਟ ਦੀ ਫੋਟੋ ਦਿਖਾ ਦੋ, ਦੇਖੋ ਮੋਬਾਈਲ ਵਟਸਐਪ ਕੋਈ ਯਾਰ ਦੇਈ ਜਿਹੜਾ ਪੈਸੇ ਲੈ ਕੇ ਗਿਆ ਨਾ ਮੇਰੇ ਕੋਲ ਸ਼ਾਮ ਨੂੰ ਸ਼ਾਮ ਦਾ ਹੀ ਆ ਸ਼ਾਮ ਕਿੱਥੇ ਕਰਦਾ ਸ਼ਾਮ ਮੇਰੇ ਅੱਜ ਉਹ ਪੰਜਾਬ ਪੁਲਿਸ ਦਾ ਹੀ ਆ ਬਾਕੀ ਅੱਜ ਗੋਲਡੀ ਵੀ ਗੋਲਡੀ ਦਾ ਕੇਸ ਅਲੱਗ ਸਰਦਾਰ ਜੀ ਲੰਬੇ ਜਿਹੜੇ ਆਏ ਸੀ ਨਹੀਂ ਉਹਦੀ ਅਸੀਂ ਅਲੱਗ ਹੈਲਪ ਕੀਤੀ ਆ ਉਹਦੀ ਵੀ ਕੀਤੀ ਸਰਦਾਰ ਜੀ ਨਹੀਂ ਨਹੀਂ ਉਹ ਕੇਸ ਨੀਗਾ ਦੇਖਿਓ ਕਿਹੜਾ ਕੇਸ ਭਾਜੀ ਉਸ ਤੋਂ ਬਾਅਦ ਮੇਰੇ ਪਰਸੋਂ 1,30,000 ਦੀ ਵੀ ਅਸੀਂ ਹੈਲਪ ਕੀਤੀ ਆਪਾਂ ਨੂੰ ਇਹਨਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਹੈ ਨਾ 5,000 ਰੁਪਏ ਇਹਨਾਂ ਨੂੰ ਪਤਾ ਲੈਣਾ 5,000 ਕਿਹਦੇ ਦਿੱਤੇ ਗੱਲ ਕਰੋ ਚੈੱਕ ਕਰੋ ਪੇਸ਼ੈਂਟ ਦੇਖੋ ਸਰ ਐਮ ਆਰ ਡੀ ਨੰਬਰ ਅਸੀਂ ਦਿੰਦੇ ਤੁਹਾਨੂੰ
ਉਹ ਕਹਿੰਦਾ ਜੀ ਜਦੋਂ ਵੀ ਅਸੀਂ ਜਾਂਦੇ ਹਾਂ ਤੇ ਉਹ ਸਾਨੂੰ ਕਹਿੰਦਾ ਜੀ ਸਾਨੂੰ 5000 ਦੇ ਦਿੰਦਾ 50000 ਦਾ ਬਿੱਲ ਹੁੰਦਾ 5000 ਇਹਦੀ 10000 ਜਿੰਨੇ ਰਾਹ ਦੇਣ ਵਾਲੇ ਪੈਸੇ ਹੋਊਗੇ ਉਨੇ ਹੀ ਦੋਗਾ ਜਿਹੜੇ ਵਿੱਚ ਥੋੜੀ ਦੇਣੇ ਪੈਸੇ ਨਹੀਂ ਨਹੀਂ ਖੜੇ ਹੋਵੇ ਤਾਂ ਹੀ ਦੋਗਾ ਨਹੀਂ ਨਹੀਂ ਜਿਹੇ ਵਿੱਚ ਥੋੜੀ ਪੈਸੇ ਮੈਂ ਇੱਕ ਵਾਰੀ ਤੁਹਾਡੇ ਕੋਲ ਸਿਰਫ ਇੱਕ ਜਨਰਲ ਕੁਐਸਚਨ ਹਾਂ ਮੈਨੂੰ ਕੁਝ ਮੈਨੂੰ ਕੋਈ ਮੈਨੂੰ ਬੋਲ ਹਾਂ ਤੁਹਾਡੇ ਕੋਲ ਡੋਨਰ ਆਇਆ ਹਾਂ ਤੁਸੀਂ ਡਾਇਰੈਕਟ ਪੇਸ਼ੈਂਟ ਨਾਲ ਮਿਲਾਇਆ ਹਾਂ ਤੁਸੀਂ ਪਹਿਲਾਂ ਪੇਸ਼ੈਂਟ ਦੀ ਵੈਰੀਫਿਕੇਸ਼ਨ ਕਰਦੇ ਖੁਦ ਤੁਸੀਂ ਉਹ ਕਹਿੰਦੇ ਹੋ ਕਿ ਤੇਰੇ ਕੋਲ ਸੋਨੇ ਦੀ ਵਾਲੀ ਹੈ ਤੂੰ ਵਾਪਸ ਜਾ ਅਸੀਂ ਕੋਈ ਨਹੀਂ ਕਿਹਾ ਵਾਪਸ ਜਾ ਕਿਹੜਾ ਪੇਸ਼ੈਂਟ ਤੁਹਾਡੇ ਕੋਲ 10 ਪੇਸ਼ੈਂਟ ਹੈ ਲਓ ਲਲਿਤ ਲਲਿਤ ਐਨਜੀਓ ਲਲਿਤ ਮੈਂ ਲਲਿਤ ਦੀ ਵੀ ਐਗਜ਼ਾਮਪਲ ਦੇ ਰਿਹਾ ਸਾਡੇ ਨਾਲ ਅਸੀਂ ਲਲਿਤ ਦਾ ਵੀ 42000 ਰੁਪਏ ਦਾ ਬਿੱਲ ਕੀਤਾ ਤੁਹਾਡੇ ਕੋਲ 1,30,000 ਦਾ ਪੇਸ਼ੈਂਟ ਆਇਆ ਸੀਗਾ ਜਿਹਨੂੰ ਤੁਸੀਂ 1,10,000 ਪੇਸ਼ੈਂਟ ਨੇ ਭਰੇ ਸੀ ਦਾ ਨਾਮ ਹੈ ਤੁਸੀਂ ਹੁਣ 1,10,000 ਰੁਪਏ ਤੂੰ ਕਰ ਲੈ 20,000 ਰੁਪਏ ਸੁਣੋ ਵੀਰੇ ਨਹੀਂ ਦਾਲੀ ਪੇਸ਼ੈਂਟ ਮੂਰੇ ਲਿਆਓ ਜਿਹਨੂੰ ਯਾਰ ਬਾਈ ਭਾਈਆਂ ਮੈਂ ਹੈਲਪ ਕਰਦਾ ਬਾਈ ਤੈਨੂੰ ਉਹ ਵੀ ਲਿਆ ਦਾਂਗੇ ਪੇਸ਼ੈਂਟ ਵੀ ਲਿਆ ਦਾਂਗੇ ਬਾਈ ਸੁਣੇਗਾ ਨਾ 1,20,000 ਰੁਪਏ ਹੁਣ 1,10,000 ਕਰ ਲਓ 20,000 ਦੇ 1,30,000 ਰੁਪਏ ਕਿਤੇ ਸੀਐਮਸੀ ਦੇ ਵਿੱਚ ਰਿਕਾਰਡ ਆ ਪੁੱਛ ਲਿਓ ਕਿ ਅਸੀਂ ਦਿੱਤੇ ਆ ਆ ਬਾਕੀ ਅੱਜ ਦੇ ਰਿਕਾਰਡ ਨੇ ਜਿਹੜੇ ਅਸੀਂ ਅੱਜ ਕਰਾਏ ਨੇ 50,000 ਇੱਕ ਰੋਜ਼ 50,000 ਦੇ ਰਿਕਾਰਡ ਦਿਖਾਈ ਕੋਈ ਪੇਸ਼ੈਂਟ ਇੱਕੋ ਵਾਰੀ ਹੈਲਪ ਕਰ ਦੋ ਬਈ ਗੱਲ ਇਹ ਆ ਸਾਨੂੰ ਸਿਖਾਉਣ ਆਇਓ ਨਹੀਂ ਨਹੀਂ ਆਪਣੇ